ਨੂੰ ਵੱਲੋਂ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਾਰਾ ਪਰਿਵਾਰ ਆਇਆ ਸਾਹਮਣੇ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ। ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਸੁਰਵਿੰਡ ਦੀ ਇੱਕ ਬਜ਼ੁਰਗ ਜਨਾਨੀ ਦੀ ਉਸ ਦੀ ਨੂੰ ਵੱਲੋਂ ਕੁੱਟਮਾਰ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਚਮ ਕੇ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਜਾਣਕਾਰੀ ਇਕੱਤਰ ਕਰਨ ਲਈ ਪੱਤਰਕਾਰਾਂ ਦੀ ਟੀਮ ਪੀੜਿਤ ਬਜ਼ੁਰਗ ਜਨਾਨੀ ਦੇ ਘਰ ਪੁੱਜੀ। ਪੀੜਿਤ ਪ੍ਰੀਤ ਕੌਰ 85 ਸਾਲ ਪਤਨੀ ਸਵਰਗੀਯ ਜੋਗਿੰਦਰ ਸਿੰਘ ਨੇ ਦੱਸਿਆ ਉਸ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੇ 4 ਪੁੱਤਰਾਂ ਦੀ ਵੀ ਮੌਤ ਹੋ ਚੁੱਕੀ ਹੈ। ਬਜ਼ੁਰਗ ਦਾ ਕਹਿਣਾ ਸੀ ਕਿ ਮੇਰੇ ਪੁੱਤਰ ਕਮਲਜੀਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਦੂਜਾ ਵਿਆਹ ਹੋਇਆ ਸੀ। ਮੇਰੀ ਦੂਜੀ ਨੂੰ ਦਲਜੀਤ ਕੌਰ ਅਕਸਰ ਮੇਰੇ ਨਾਲ ਲੜਦੀ ਝਗੜਦੀ ਰਹਿੰਦੀ ਹੈ ਤੇ ਬੇਵਜ੍ਹਾ ਮੇਰੀ ਕੁੱਟਮਾਰ ਕਰਦੀ ਰਹਿੰਦੀ ਹੈ। ਬੀਤੇ ਦਿਨ ਮੈਂ ਆਪਣੇ ਘਰ ਬੈਠੀ ਸੀ ਤਾਂ ਇਸ ਦੌਰਾਨ ਮੇਰੀ ਨੂੰ ਵੱਲੋਂ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਮੈਨੂੰ ਕਾਫੀ ਗਾਲੀ ਗਲੋਚ ਕੀਤੀ ਗਈ। ਉਸ ਨੇ ਮੈਨੂੰ ਗੰਦੀਆਂ ਗਾਲਾਂ ਵੀ ਕੱਢੀਆਂ। ਇਸ ਸੰਬੰਧੀ ਜਦੋਂ ਨੂੰ ਦਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਬਜ਼ੁਰਗ ਮਾਤਾ ਪ੍ਰੀਤ ਕੌਰ ਵੱਲੋਂ ਮੈਨੂੰ ਲਗਾਤਾਰ ਗਾਲਾਂ ਕੱਢੀਆਂ ਜਾਂਦੀਆਂ ਨੇ ਜਿਸ ਕਰਕੇ ਮੈਂ ਇੱਕ ਕਦਮ ਚੁੱਕਿਆ। ਅਖੀਰ ਵਿੱਚ ਉਸ ਨੇ ਬਜ਼ੁਰਗ ਸੱਸ ਦੀ ਕੁੱਟਮਾਰ ਕਰਨ ਦੇ ਬਾਰੇ ਆਪਣੀ ਗਲਤੀ ਦਾ ਵੀ ਅਹਿਸਾਸ ਕੀਤਾ। ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਮੇਰੀ ਦਾਦੀ ਦੀ ਕੁੱਟਮਾਰ ਕਰਨ ਵਾਲੀ ਮੇਰੀ ਚਾਚੀ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਮੇਰੀ ਦਾਦੀ ਨੂੰ ਇਨਸਾਫ ਦਿਵਾਇਆ ਜਾਵੇ। ਉਧਰ ਇਸ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਆਗੂ ਮਨੀਸ਼ਾ ਗੁਲਾਟੀ ਵੱਲੋਂ ਵੀ ਇਸ ਤੇ ਨੋਟਿਸ ਜਾਰੀ ਕਰਦੇ ਹੋਏ ਤਰਨਤਾਰਨ ਐਸਐਸਪੀ ਤੋਂ 2 ਦਿਨ ਵਿੱਚ ਇਸ ਦਾ ਨੋਟਿਸ ਮੰਗਿਆ ਗਿਆ ਹੈ। ਬਿਊਰੋ ਰਿਪੋਰਟ ਐਚਐਸਐਨ ਨਿਊਜ਼। ਮਾਤਾ ਜੀ ਕੀ ਨਾਂ ਜੇ? ਉੱਚਾ ਸੁਣਦਾ ਨਾਂ ਕੀ ਆ? ਅੱਛਾ, ਸਾਰਾ ਪਤਾ ਜੀ। ਕੋਈ ਨੀ ਕੋਈ ਨੀ, ਸਾਰੀ ਗੱਲ ਦੱਸ ਕੀ ਹੋਈ ਆ? ਅੱਛਾ ਦੱਸ। ਮੈਨੂੰ ਬਈ ਚਿੰਨੀ ਚਪੇੜਾਂ ਮਾਰੀਆਂ ਨੇ, ਲਗਵਾਨ ਮੇਰੀ ਗੱਲ ਹੋ ਗਈ ਆ ਤੇ ਮੈਂ ਆਵੇ ਖੁਰਸੀ ਟੁੱਟ ਗਈ, ਮੈਂ ਡਿੱਗ ਪਈ ਆ। ਮੇਰੇ ਪੁੱਤਰ ਮੈਨੂੰ ਠਾਉਣ ਡੈ ਪਿਆ ਤੇ ਉਹਨੂੰ ਬਹੁ ਫੜ ਕੇ ਲੈ ਗਈ ਠਾਵੀ ਨਾ ਪਈ ਰਹਿਣ ਦੇ। ਹੋਰ ਕੀ? ਹਾਂ ਕੋਈ ਹੈ ਨੀ, ਮੇਰਾ ਇਹ ਹੈ ਨੀ, ਇਹ ਇੱਧਰ ਸੀ, ਉਹ ਨਿਕਾਵੇ ਦਾ ਸੀ ਕੱਢ ਉਹਦੀ। ਉਹਨੇ ਨਿੱਕੇ ਦੇ ਰਾਤ ਟੀਕੇ ਲਾਏ ਮੈਨੂੰ ਦੋ, ਪੁੱਤ ਬੜੀ ਔਖੀ ਆ, ਪੁੱਤ ਮੁੱਕ ਗਏ, ਠੀਕ ਪੁੱਤ ਸੀ, ਅੱਜ ਵੀ ਮੁੱਕ ਗਿਆ, ਉਹ ਵੀ ਅਜੇ ਚੰਗਾ ਸੀ। ਮੇਰਾ ਵਾਲੀ ਵਾਸ ਕੋਈ ਨੀ, ਮੇਰੀ ਪੈਰੀ ਆ ਜਾਵੇ, ਮੈਨੂੰ ਕੱਖ ਨੀ ਮਿਲਦਾ। ਦੱਸੇ ਮੈਂ ਕਿੱਥੇ ਜਾਵਾਂ? ਜਿਹਦਾ ਜੀ ਕਹਿੰਦਾ ਘਰੋਂ ਕਰ ਦਿੰਦਾ, ਜਿਹਦਾ ਜੀ ਕਹਿੰਦਾ ਘਰੋਂ ਕਰ ਦਿੰਦਾ, ਬਹੁ ਫੜ ਕੇ ਜਾ। ਉਹ ਮੇਰਾ ਪੋਤਰਾ ਲੱਗ ਲੱਗਦਾ, ਉਹਨੇ ਨਾ ਮੈਨੂੰ ਪਾਣੀ ਪਿਆਇਆ ਨਾ ਰਾਤ ਟੀਕੇ ਲਾ ਕੇ ਗਿਆ, ਕੀ ਕਰ ਲੈਣਾ ਹੈ ਨੀ ਲੱਗ ਕੋਈ ਵੀ, ਮੇਰਾ ਇੱਕ ਵੀ ਹੁੰਦਾ ਮੇਰਾ ਪੁੱਤ ਤੇ ਮੈਨੂੰ ਮਾਰ ਕੇ ਫੜ ਦੇ ਮੁੰਡਾ ਸਾਰਾ। ਮਾਮਲਾ ਏ ਵੀ ਮੇਰੀ ਸੱਸ ਸਾਰਾ ਦਿਨ ਸਵੇਰ ਤੋਂ ਉੱਠ ਕੇ ਤੇ ਬਦਵਾਵਾਂ ਤੇ ਗਾਲਾਂ ਗੰਦ ਮੈਨੂੰ ਵਗਦੀ ਰਹੀ ਆ, ਹਰ ਇੱਕ ਦੇ ਬੰਦੇ ਦੇ ਮੈਨੂੰ ਝੋਲੀ ਚ ਪਾਉਂਦੀ ਆ ਵੀ ਤੂੰ ਫਲਾਣੇ ਨਾਲ ਨੀ ਚੰਗੀ, ਤੂੰ ਟਿੰਗੜੇ ਨਾਲ ਨੀ ਚੰਗੀ, ਕਿ ਮਾਵਾਂ ਵੀ ਆਪਣੀਆਂ ਧੀਆਂ ਨੂੰ ਇੱਦਾਂ ਆਉਂਦੀਆਂ ਨੇ। ਠੀਕ ਹੈ, ਮੈਂ ਇਹਦੇ ਪੁੱਤ ਦੇ ਘਰ ਸੈਕਿੰਡ ਮੈਰਿਜ ਕਰਕੇ ਆਈ, ਅੱਜ 10 ਸਾਲ ਹੋ ਗਏ ਮੈਨੂੰ, ਮੇਰੇ ਉੱਤੇ ਵੀ ਬਹੁਤ ਜ਼ੁਲਮ ਕੀਤੇ ਗਏ ਨੇ। ਤੁਹਾਡੇ ਹਸਬੰਡ ਕੀ ਕੰਮ ਕਰਦੇ? ਮੇਰੇ ਹਸਬੰਡ ਡਰਾਈਵਰੀ ਕਰਦੇ ਨੇ, ਘਰ ਵਿੱਚ ਨਹੀਂ ਰਹਿੰਦੇ, ਇਸ ਘਰ ਵਿੱਚ ਇਹੀ ਲੀਜਾ ਬਣਿਆ ਹੋਇਆ ਵੀ ਜਿਹਦਾ ਜੀ ਕੀਤਾ ਮੈਨੂੰ ਗੱਲਾਂ ਬਾਤਾਂ ਕਰ ਲਈਆਂ, ਇਸੇ ਕਰਕੇ ਹੀ ਵੀਡੀਓ ਬਣਾਈ ਗਈ ਆ ਵੀ ਮੈਨੂੰ ਘਰ ਵਿੱਚੋਂ ਕੱਢਿਆ ਜਾਵੇ, ਕਿਉਂਕਿ ਅੱਜ ਤੱਕ ਮੇਰੇ ਨਾਲ ਜ਼ੁਲਮੀ ਹੁੰਦੇ ਆਏ ਆ। ਆਹ ਮੈਂ ਬੱਚੀ ਆਪਣੀ, ਇਹ ਮੇਰੇ ਬੰਦੇ ਨੇ ਖੁਦ ਇੱਧਰ ਅਪ੍ਰੀਤ ਖੁਦ ਉਹਨੇ ਕਿਹਾ ਸੀ ਕਿ ਕਿਉਂਕਿ ਇਹ ਆਪਣੇ ਮੈਂ ਇਸ ਬੱਚੀ ਨੂੰ ਪਾਲੂਗਾ, ਉਸ ਧੀ ਦੇ ਵੀ ਮੈਨੂੰ ਮਿਹਣੇ ਦਿੱਤੇ ਜਾ ਰਹੇ ਆ। ਕਿੰਨੇ ਬੱਚੇ ਤੁਹਾਡੇ? ਮੇਰੇ ਕੋਲ 3 ਬੱਚੇ, 2 ਬੱਚੇ ਉਹਦੇ ਪਹਿਲੇ, ਜਿਹਦੇ ਵਿੱਚੋਂ ਮੈਂ 1 ਗੁੜੀਆ ਵਿਆਹ ਚੁੱਕੀ ਆ, 1 ਮੁੰਡਾ ਵਾ ਉਹਦਾ ਜਿਹੜਾ 17-18 ਸਾਲ ਦਾ। ਤੇ ਜਿਹੜੀ ਇਹ ਕੁੱਟਮਾਰ ਕੀਤੀ ਹੈ ਸਿਰਫ ਉਹ ਗੰਦ ਬੋਲਣ ਵਾਸਤੇ ਕੀਤੀ? ਗੰਦ ਵਗਦੀ ਸੀ। ਤੁਸੀਂ ਆਪਣੇ ਘਰ ਵਾਲੇ ਨੂੰ ਨਹੀਂ ਦੱਸਿਆ ਵੀ ਮੈਨੂੰ ਇਹਦਾ? ਮੈਂ ਉਹਨਾਂ ਨੂੰ ਦੱਸਿਆ, ਘਰ ਵਾਲੇ ਨੂੰ ਦੱਸਿਆ, ਮੈਂ ਆਪਣੀ ਨਨਾਣ ਨੂੰ ਵੀ ਦੱਸਿਆ। ਮੇਰੀ ਨਨਾਣ ਨੇ ਵੀ ਆਖਿਆ ਵੀ ਜਦੋਂ ਤੈਨੂੰ ਫਿਰ ਵਗਦੀ ਇਹਦਾ ਮੂੰਹ ਪਾਨ ਇੱਕ ਵਾਰ। ਅੱਛਾ, ਇਹਨਾਂ ਦੀ ਕੁੜੀ ਨੇ ਕਿਹਾ? ਇਹਨਾਂ ਦੀ ਆਂਦੇ ਉਹ ਤੇ ਬੇਸ਼ੱਕ ਮੈਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾ ਦਿੰਨੀ। ਉਹ ਕਹਿੰਦੀ ਵੀ ਜਦੋਂ ਤੈਨੂੰ ਵੀਕ ਮੈਂ ਜੇ ਗੁਰਦੁਆਰੇ ਜਾਨੀ ਆ, ਮੈਂ ਸ਼ਾਮਾਂ ਨੂੰ ਗੁਰਦੁਆਰੇ ਜਾਨੀ ਆ। ਤੁਸੀਂ ਕੰਪਲੇਂਟ ਕਰ ਦਿੰਦੇ ਥਾਣੇ ਵਗੈਰਾ? ਕੰਪਲੇਂਟ ਮੈਂ ਬਹੁਤ ਵਾਰ ਕਰ ਵੇਖ ਲਈਆਂ, ਕੋਈ ਮੇ ਫਾਇਦਾ ਨਹੀਂ ਹੈ ਕੰਪਲੇਂਟਾਂ ਦਾ, ਕੋਈ ਕੁੱਟਿਆਂ ਵੀ ਕੀ ਫਾਇਦਾ ਹੋਇਆ ਮਤਲਬ? ਤੇ ਵੀਰ ਜੀ ਫਿਰ ਮੈਂ ਵੀ ਕਿੰਨਾ ਕੁ ਗੰਦ ਸੁਣੀ ਜਾਵਾਂ? ਹੁਣ ਵੀਡੀਓ ਵਾਇਰਲ ਹੋਈ ਆ ਇਹਨਾਂ ਦੀ ਕੁੜਦਿਆਂ ਦੀ, ਥਾਂ ਥਾਂ ਤੇ ਵੀਡੀਓ ਜਾ ਰਹੀ ਆ, ਤੇ ਤੁਸੀਂ ਕੀ ਸਮਝਦੇ ਇਥੋਂ? ਮੈਂ ਇਸ ਗੱਲ ਦੀ ਸ਼ਰਮ ਮਹਿਸੂਸ ਕਰਦੀ ਆ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ?
ਜੀ ਕਾਰਵਾਈ ਹੋ ਸਕਦੀ ਆ ਪਰ ਮੈਨੂੰ ਵੀ ਤਾਂ ਨਿਆਂ ਦਿੱਤਾ ਜਾਵੇ ਨਾ ਵੀ ਮੈਂ ਕਿੱਥੇ ਜਾਵਾਂ ਮੈਂ ਜੀ 10 ਸਾਲ ਹੋ ਗਏ ਆ ਤੁਸੀਂ ਵੀ ਇੱਕ ਲੇਡੀਜ਼ ਤੇ ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਮੈਂ ਮਹਿਸੂਸ ਕਰਦੀ ਆ ਮੇਰੇ ਤੋਂ ਗਲਤੀ ਹੋਈ ਆ ਮੈਂ ਗਲਤੀ ਮਹਿਸੂਸ ਇਸ ਗੱਲ ਦੀ ਤੁਹਾਡੇ ਵੀ ਮਾਤਾ ਜੀ ਘਰੇ ਹੋਣਗੇ ਪਿੰਡ ਮੇਰੇ ਮਾਤਾ ਪਿਤਾ ਦੀ ਡੈਥ ਹੋ ਗਈ ਮੈਨੂੰ ਉੱਥੋਂ ਤੱਕ ਮਿਹਨੇ ਦਿੱਤੇ ਜਾਂਦੇ ਨੇ ਕਿ ਮੈਂ ਇੱਕ ਗਰੀਬ ਘਰ ਦੀ ਆ ਤੇ ਮੈਂ ਕੁਝ ਲੈ ਕੇ ਨਹੀਂ ਆਈ ਵੀ ਮੈਨੂੰ ਇੱਥੋਂ ਤੱਕ ਮਿਹਨੇ ਦਿੱਤੇ ਜਾਂਦੇ ਕੀ ਲੈ ਕੇ ਆਉਂਦੀ ਜਦੋਂ ਮੇਰੇ ਕੋਲ ਕੁਝ ਹੈ ਹੀ ਨਹੀਂ ਮੈਨੂੰ ਦੇਣ ਵਾਲਾ ਹੀ ਕੋਈ ਨਹੀਂ ਮੇਰੇ ਪੇਕੇ ਗਰੀਬ ਆ ਕਿੱਥੋਂ ਦੇਣ ਵੀਰ ਜੀ ਇਹ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਕੁੱਟਮਾਰ ਹੋ ਰਹੀ ਹੈ ਤੁਹਾਡੇ ਕੀ ਲੱਗਦੀ ਹੈ ਦਾਦੀ ਜੀ ਲੱਗਦੇ ਜੀ ਜਿਹੜੇ ਕੁੱਟਣ ਦੇ ਉਹ ਕੀ ਲੱਗਦੇ ਉਹ ਚਾਚੇ ਤੇ ਵੀਰ ਜੀ ਇਹ ਕਿਹੜੀ ਗੱਲੋਂ ਕੁੱਟਮਾਰ ਕਰ ਰਹੇ ਸੀ ਤੁਹਾਡੇ ਚਾਚੇ ਇਹ ਮਾਂ ਵੱਲੋਂ ਕੋਈ ਆਪਸੀ ਇਹਨਾਂ ਦਾ ਹੀ ਕੋਈ ਤਾਂ ਕੁੱਟਮਾਰ ਹੋਈ ਤੇ ਜੇ ਬਜ਼ੁਰਗ ਆ ਬੱਚਿਆਂ ਵਰਗੇ ਚਲੋ ਇਹਨਾਂ ਨੂੰ ਕੁੱਟਣਾ ਨਹੀਂ ਚਾਹੀਦਾ ਜੇ ਅਸੀਂ ਇਹਨਾਂ ਨੂੰ ਛਡਾਉਣ ਜਾਂਦੇ ਹਾਂ ਮਾਤਾ ਨੂੰ ਦਾਦੀ ਜੀ ਨੂੰ ਤਾਂ ਉਲਟਾ ਹੀ ਸਾਡੇ ਤੇ ਐਕਸ਼ਨ ਲੈਂਦੇ ਆ ਤੁਹਾਡੇ ਮੰਮੀ ਡੈਡੀ ਹੈਗੇ ਸਾਡੇ ਮੰਮੀ ਡੈਡੀ ਨਹੀਂ ਹੈਗੇ ਅੱਛਾ ਹਾਂਜੀ ਤੁਹਾਡੇ ਡੈਡੀ ਦੇ ਕਿੰਨੇ ਭੈਣ ਭਰਾ ਸੀ 6 ਭਰਾ ਕੁੱਟਮਾਰ ਹੋਈ ਆ ਜੇ ਮੈਂ ਛਡਾਉਣ ਗਿਆ ਤੇ ਆ ਮੇਰਾ ਵੱਡਾ ਭਰਾ ਇੱਥੇ ਘੱਟ ਵੱਧ ਰਹਿੰਦਾ ਤੇ ਜੇ ਮੈਂ ਜੇ ਕੁੱਟਮਾਰ ਹੁੰਦੀ ਮੈਂ ਛਡਾਉਣ ਜਾਣਾ ਹੈ ਉਲਟਾ ਕਾਰਵਾਈ ਮੇਰੇ ਤੇ ਹੁੰਦੀ ਆ ਇਸ ਵਾਰੀ ਫਿਰ ਮੈਂ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਅੱਛਾ ਹਾਂਜੀ ਠੀਕ ਹੈ ਜੀ